ਕਣਕ ਜਿਹੜੀ ਸਰਕਾਰੀ ਕਣਕ ਹੁੰਦੀ ਆ ਉਹ ਜਦੋਂ ਦਿੱਤੀ ਜਾਵੇ ਤਾਂ ਉਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਹੋਣੀ ਚਾਹੀਦਾ। ਜਿਹੜੇ ਕੈਸੇ ਡਿਪੂ ਵਾਲੇ ਜਿਹੜੇ ਆਪਣੇ ਆਤੰਕ ਦਿਖਾਉਂਦੇ ਨੇ, ਉਸ ਤੋਂ ਬਾਅਦ ਲੋਕਾਂ ਨੂੰ ਕੁੱਟਦੇ ਵੀ ਹੈਗੇ ਨੇ। ਇਹ ਵਿੱਕੀ ਹੈਗਾ ਜੀ, ਵਿੱਕੀ ਦਾ ਡਿਪੂ ਹੈ ਜੀ, ਅਤੇ ਮੇਰੇ ਘਰ ਦੇ ਅਤੇ ਮੇਰਾ ਮੁੰਡਾ ਗਿਆ ਸੀ ਕਣਕ ਲੈਣ ਜੀ। ਇਹ ਉੱਥੇ ਕਣਕ ਲੈਣ ਗਏ ਆ ਅਤੇ ਵਿੱਕੀ ਨੇ ਜਾਂਦਾ, ਇਹਨਾਂ ਨੇ ਕਿਹਾ ਵੀ ਕਣਕ ਦੇ ਦੇ 4 ਦੀਆਂ ਦੀ, ਕਹਿੰਦਾ 3 ਦੀਆਂ ਦੀ ਹੈਗੀ ਹੈ, ਕਹਿੰਦੇ ਚਲੋ ਕੋਈ ਨਹੀਂ। ਉਹ ਕਹਿੰਦਾ ਜੇ 4 ਦੀਆਂ ਦੀ ਲੈਣੀ ਤਾਂ ਕਹਿੰਦਾ ਫਿਰ ਨਹੀਂ ਅਸੀਂ ਦੇਣੀ। ਸੰਜੂ ਪ੍ਰਧਾਨ ਆ ਆਮ ਪਾਰਟੀ ਦਾ ਜੀ, ਉਹਦਾ ਟੈਲੀਫੋਨ ਆਇਆ ਜੀ ਸਾਨੂੰ, ਕਹਿੰਦਾ ਤੁਸੀਂ ਨਾ ਜਾਓ। ਅਸੀਂ ਕਿਹਾ ਜੀ ਅਸੀਂ ਕਿਉਂ ਜਾਵਾਂਗੇ, ਉੱਥੇ ਕੀ ਕਰਨ ਜਾਣਾ ਅਸੀਂ। ਕਹਿੰਦਾ ਠੀਕ ਆ, ਉਹਨੇ ਸੰਜੂ ਪ੍ਰਧਾਨ ਨੇ ਉੱਥੇ ਰੱਖ ਕੇ ਅਤੇ ਆਪ ਜਾ ਕੇ ਥਾਣੇ ਬਹਿ ਗਿਆ। ਥਾਣੇ ਜਾ ਕੇ ਉਲਟਾ ਸਾਡੇ ਖਿਲਾਫ ਰਿਪੋਰਟ ਲਿਖਾ ਕੇ, ਅਤੇ ਸਾਨੂੰ ਕਹਿੰਦਾ ਜੇ ਤੁਹਾਡੇ 'ਚ ਹਿੰਮਤ ਹੈਗੀ ਰਿਪੋਰਟ ਲਿਖਾ ਕੇ ਦਿਖਾ ਦਿਓ। ਕਣਕ ਦਾ ਵਿਵਾਦ ਜਿਹੜਾ ਪੈ ਗਿਆ, ਕਿਉਂ ਪੈ ਗਿਆ? ਅਸੀਂ ਤਾਂ ਪਰਚੀ ਕਟਾ ਕੇ ਘਰ ਆ ਗਏ ਸੀ ਜੀ, ਅਸੀਂ ਤੇ ਆ ਕੇ ਬੈਠੇ ਆ ਰਾਤੀ 10 ਵਜੇ ਅੰਦਰ ਆ ਗਏ, ਸਾਡੇ 10:30 ਰੋਟੀ ਖਾ ਰਹੇ ਸੀ, ਸਾਨੂੰ ਅੰਦਰ ਆ ਕੇ ਘੇਰਾ ਪਾ ਕੇ ਅੰਦਰੋਂ ਹੀ ਸਾਨੂੰ ਸਾਰਿਆਂ ਨੂੰ ਫੜ ਲਿਆ ਉਹਨਾਂ ਨੇ। ਸਰ, ਗੁਰੂ ਅਰਜਨ ਨਗਰ ਵਿੱਚ ਕਣਕ ਨੂੰ ਲੈ ਕੇ ਵਿਵਾਦ ਹੋਇਆ ਸੀਗਾ ਅਤੇ ਇੱਕ ਬੰਦੇ ਦੇ ਘਰ ਦੇ ਵਿੱਚ ਵੜ ਕੇ ਕਿਰਪਾਨ ਮਾਰੀ ਗਈ, ਉਸ ਤੋਂ ਦੀ ਇਹਨਾਂ ਦਾ ਆਰੋਪ ਹੈਗਾ ਕਿ ਉਹ ਸਾਨੂੰ ਆਮ ਆਦਮੀ ਪਾਰਟੀ ਦੀ ਧਮਕੀਆਂ ਦਿੰਦੇ ਪਏ, ਜਿਹੜੇ ਕਣਕ ਦੇ ਡਿਪੂ ਦਾ ਉਹ ਮਾਲਕ ਹੈ। ਬਿਲਕੁਲ ਜੀ, ਬਿਲਕੁਲ ਆਮ ਆਦਮੀ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਕਲਚਰ ਨਹੀਂ ਹੈਗਾ ਜੀ, ਜਿਹੜਾ ਗੁੰਡਾਗਰਦੀ ਕਰੂਗਾ ਚਾਹੇ ਜੋ ਵੀ ਮਰਜ਼ੀ ਹੋਊਗਾ ਕੋਈ ਬਖਸ਼ਿਆ ਨਹੀਂ ਜਾਊਗਾ। ਲੇਕਿਨ ਮੈਂ ਇਹਨਾਂ ਨੂੰ ਸਾਫ ਸਾਫ ਗੱਲ ਕੀਤੀ, ਮੈਂ ਕਿਹਾ MLA ਸਾਹਿਬ ਬਹੁਤ ਵਧੀਆ ਨੇ ਅਤੇ MLA ਸਾਹਿਬ ਕਾਰਵਾਈ ਕਰਨਗੇ, ਪਕਸ਼ਪਾਤ ਨਹੀਂ ਕਰਨਗੇ। ਬਿਲਕੁਲ ਬਿਲਕੁਲ ਕੋਈ ਪਕਸ਼ਪਾਤ ਨਹੀਂ। ਮਾਤਾ ਜੀ ਆ ਬੈਠੇ ਜੀ, ਤੁਸੀਂ ਦੇਖੀ ਹੋਣੀ, ਅਤੇ ਉਹਨਾਂ ਦੀ ਨੌਂ ਨੂੰ ਕੁੜੀ ਨੂੰ ਇਹਨਾਂ ਵਿੱਚ ਗਾਲਾਂ ਕੱਢਣ ਲੱਗ ਗਿਆ। ਇਹਨਾਂ ਦੇ ਮੁੰਡੇ ਨੂੰ ਆ ਕੇ ਅੰਦਰ ਦੋਨੇ ਵੜ ਗਏ ਅਤੇ ਇੱਕ ਵੜ ਗਿਆ ਅਤੇ ਤੂੰ ਕਹਿ ਜਾ ਹਥਿਆਰ ਲਿਆ। ਆ ਹੁਣ ਤੁਸੀਂ ਇੱਥੋਂ ਦੀ ਆਏ ਹੋ, ਤੁਸੀਂ ਵੀ ਆਏ ਹੋ, ਤੁਸੀਂ ਰੋਡ ਤਾਂ ਇੱਕੋ ਹੀ ਆ। ਹੁਣ ਮੈਂ ਉੱਥੋਂ ਇਹਨੂੰ ਛੱਡਣ ਆ ਰਿਹਾ ਸੀ ਘਰ, ਅਤੇ ਮੈਨੂੰ ਆ ਕੇ ਕਹਿੰਦਾ ਕਹਿੰਦਾ ਇੱਕ ਮਿੰਟ ਆਪਣਾ। ਮੈਂ ਕਿਹਾ ਯਾਰ ਵਿੱਕੀ, ਮੈਂ ਪੁੱਛ ਲੈਣਾ ਕੀ ਗੱਲ ਹੋਈ। ਮੈਂ ਕਿਹਾ ਬਾਈ ਜੀ ਦੱਸੋ, ਉਸ ਤੋਂ ਪਹਿਲਾਂ ਸੰਜੂ ਸ਼ਰਮਾ ਜੀ ਨਾਲ ਗੱਲ ਹੋਈ ਇਹਨਾਂ ਦੀ, ਸੰਜੂ ਸ਼ਰਮਾ ਜੀ ਨੇ ਕਿਹਾ ਆਪਾਂ ਬਹਿ ਕੇ ਨਿਬੇੜ ਦਿੰਦੇ ਹਾਂ। ਲੁਧਿਆਣਾ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ, ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਖੜੇ ਹਾਂ, ਜਿੱਥੇ ਕਣਕ ਨੂੰ ਲੈ ਕੇ ਵਿਵਾਦ ਹੋ ਗਿਆ। ਅਗਰ ਕਣਕ ਜਿਹੜੀ ਸਰਕਾਰੀ ਕਣਕ ਹੁੰਦੀ ਆ ਉਹ ਜਦੋਂ ਦਿੱਤੀ ਜਾਵੇ ਤਾਂ ਉਹਦੇ 'ਤੇ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ, ਲੇਕਿਨ ਇਹ ਕੈਸੇ ਡਿਪੂ ਵਾਲੇ ਜਿਹੜੇ ਆਪਣੇ ਆਤੰਕ ਦਿਖਾਉਂਦੇ ਨੇ, ਉਸ ਤੋਂ ਬਾਅਦ ਲੋਕਾਂ ਨੂੰ ਕੁੱਟਦੇ ਵੀ ਹੈਗੇ ਨੇ। ਐਸੇ ਹੀ ਮਾਮਲਾ ਗੁਰੂ ਅਰਜਨ ਨਗਰ ਤੋਂ ਸਾਹਮਣੇ ਆ, ਇਹ ਪਰਿਵਾਰ ਆ, ਪਰਿਵਾਰ ਦੇ ਜੋ ਵੀਡੀਓ ਨਾਲ ਦੀ ਨਾਲ ਚੱਲ ਰਹੀ ਉਸ ਤਸਵੀਰਾਂ ਤੁਹਾਨੂੰ ਕਿਤੇ ਨਾ ਕਿਤੇ ਡਰਾਵਣੀਆਂ ਜ਼ਰੂਰ ਲੱਗਣਗੀਆਂ। ਲੋਨ ਰੇਟ ਹੱਥ ਦਿੱਤਾ ਜਾ ਰਿਹਾ, ਕੀ ਨਾਮ ਬਾਈ ਆਪਣਾ? ਜਸਵਿੰਦਰ ਸਿੰਘ ਜੀ। ਜਸਵਿੰਦਰ ਜੀ, ਹੋਇਆ ਕੀ ਸੀਗਾ, ਕੌਣ ਹੈ ਕਣਕ ਵੱਢਣ ਵਾਲਾ, ਉਹਦਾ ਨਾਮ ਕੀ ਹੈ ਅਤੇ ਕੀ ਮਾਮਲਾ ਸੀਗਾ? ਇਹ ਵਿੱਕੀ ਹੈਗਾ ਜੀ, ਵਿੱਕੀ ਦਾ ਡਿਪੂ ਹੈ ਜੀ, ਅਤੇ ਮੇਰੇ ਘਰ ਦੇ ਅਤੇ ਮੇਰਾ ਮੁੰਡਾ ਗਿਆ ਸੀ ਕਣਕ ਲੈਣ ਜੀ। ਹਾਂਜੀ, ਇਹ ਉੱਥੇ ਕਣਕ ਲੈਣ ਗਏ ਆ ਅਤੇ ਵਿੱਕੀ ਨੇ ਜਾਂਦਾ, ਇਹਨਾਂ ਨੇ ਕਿਹਾ ਵੀ ਕਣਕ ਦੇ ਦੇ 4 ਦੀਆਂ ਦੀ, ਕਹਿੰਦਾ 3 ਦੀਆਂ ਦੀ ਹੈਗੀ ਹੈ, ਕਹਿੰਦੇ ਚਲੋ ਕੋਈ ਨਹੀਂ। ਉਹ ਕਹਿੰਦਾ ਜੇ 4 ਦੀਆਂ ਦੀ ਲੈਣੀ ਤਾਂ ਕਹਿੰਦਾ ਫਿਰ ਨਹੀਂ ਅਸੀਂ ਦੇਣੀ, ਕਹਿੰਦਾ ਬਾਹਰ ਨਿਕਲੋ। ਇਹਨਾਂ ਦੀ ਉਹਨੇ ਬੇਇੱਜ਼ਤੀ ਕੀਤੀ ਦੋਨਾਂ ਦੀ ਜੀ, ਧੱਕੇ ਮਾਰੇ ਇਹਨੂੰ, ਅਤੇ ਉਹਦੇ ਤੋਂ ਬਾਅਦ ਜੀ ਅਸੀਂ ਘਰ ਆ ਗਏ ਹਾਂ। ਫਿਰ ਇੱਥੇ ਸੰਜੂ ਪ੍ਰਧਾਨ ਹੈਗਾ ਜੀ, ਸੰਜੂ ਪ੍ਰਧਾਨ ਆ ਆਮ ਪਾਰਟੀ ਦਾ ਜੀ, ਉਹਦਾ ਟੈਲੀਫੋਨ ਆਇਆ ਜੀ ਸਾਨੂੰ, ਕਹਿੰਦਾ ਤੁਸੀਂ ਨਾ ਜਾਓ। ਅਸੀਂ ਕਿਹਾ ਜੀ ਅਸੀਂ ਕਿਉਂ ਜਾਵਾਂਗੇ, ਉੱਥੇ ਕੀ ਕਰਨ ਜਾਣਾ ਅਸੀਂ। ਕਹਿੰਦਾ ਠੀਕ ਆ, ਉਹਨੇ ਸੰਜੂ ਪ੍ਰਧਾਨ ਨੇ ਉੱਥੇ ਰੱਖ ਕੇ ਅਤੇ ਆਪ ਜਾ ਕੇ ਥਾਣੇ ਬਹਿ ਗਿਆ। ਥਾਣੇ ਜਾ ਕੇ ਉਲਟਾ ਸਾਡੇ ਖਿਲਾਫ ਰਿਪੋਰਟ ਲਿਖਾ ਕੇ, ਅਤੇ ਸਾਨੂੰ ਕਹਿੰਦਾ ਜੇ ਤੁਹਾਡੇ 'ਚ ਹਿੰਮਤ ਹੈਗੀ ਰਿਪੋਰਟ ਲਿਖਾ ਕੇ ਦਿਖਾ ਦਿਓ। ਇਹ ਪ੍ਰਧਾਨ ਬਣਿਆ ਹੋਇਆ ਜੀ, ਇਹ ਇੱਥੇ ਸਾਡੀ ਰਿਪੋਰਟ ਉਹਨਾਂ ਨੇ ਲਿਖੀ ਵੀ ਨਹੀਂ, ਅਤੇ ਸਾਨੂੰ ਉਹਨਾਂ ਨੇ, ਮੈਂ 12 ਵਜੇ ਤੋਂ ਲੈ ਕੇ 1 ਵਜੇ ਤੱਕ ਉੱਥੇ ਰਿਹਾ ਜੀ। ਤੁਹਾਡੇ ਕੀ ਮਾਰਿਆ?
ਮੇਰੇ ਅੰਦਰ ਆਇਆ ਜੀ ਇਹ ਮਿੱਠੂ ਹੈਗਾ ਆਪਣਾ ਕੀ ਕਹਿੰਦੇ ਐਲ ਜੀ ਕੁਆਟਰਾਂ ਦੇ ਕੋਲ ਇਹਦੀ ਗਿਫਟ ਸ਼ੋਪ ਹੈ, ਇਹ ਨਾਲ ਆਇਆ ਸੀ ਜੀ। ਅੰਦਰ ਆਇਆ ਕਹਿੰਦਾ ਗੱਲ ਕਰਨੀ ਆ ਗੇਟ 'ਤੇ, ਪਹਿਲੋਂ ਇਹ ਵੜਿਆ ਵਿੱਕੀ ਵੜਿਆ, ਨਾਲ ਹੀ ਇਹਨੇ ਤਿੰਨ ਬੰਦੇ ਹੋਰ ਆ ਗਏ ਜੀ, ਤਿੰਨ ਬੰਦੇ ਆਏ, ਦਾਰੂ ਸ਼ਰਾਬ ਪੀਤੀ ਹੋਈ ਸੀ, ਪਰੂਫ ਸਾਡੇ ਕੋਲ ਪਿਆ ਜੀ ਇਹਨਾਂ ਦੀ ਬਣੀ ਹੋਈ ਹੈ ਵੀਡੀਓ, ਅਤੇ ਆਉਂਦਿਆਂ ਸਾਰਿਆਂ ਨੇ ਇਹਨੇ ਇੱਥੇ ਕਿਰਪਾਨ ਲਾਈ ਹੋਈ ਸੀ ਜੀ, ਇਹਦੇ ਨਾਲ ਡੱਬ ਦੇ ਨਾਲ ਕਿਰਪਾਨ ਕੱਢੀ ਹੈ, ਦਸ ਪੰਜ ਮਿੰਟ ਵੀ ਜ਼ਿਆਦਾ ਜੀ, ਪੰਜ ਮਿੰਟ ਬੈਠਾ ਖਾਬੜ ਕੇ, ਅਤੇ ਮੇਰੇ ਇੱਥੇ ਮਾਰੀ ਜਦੋਂ ਅਸੀਂ ਇਹਨੂੰ ਵੇਖਿਆ ਮੇਰੇ ਵੱਡੇ ਮੁੰਡੇ ਨੂੰ ਇਹਨਾਂ ਨੇ ਵਾਲਾਂ ਤੋਂ ਖਿੱਚਿਆ, ਵਾਲਾਂ ਤੋਂ ਖਿੱਚ ਕੇ ਇੱਥੇ ਲੈ ਗਏ ਜੀ, ਇੱਥੇ ਮੋਟਰਸਾਈਕਲ ਖੜਿਆ ਸੀ ਮੇਰਾ ਲਾਲ, ਉਹ ਇਹਦੇ ਉੱਤੇ ਸਿੱਟਾ, ਮੈਂ ਕਿਹਾ ਲੈ ਜੇ ਮੁੰਡਾ ਇਹਨਾਂ ਨੇ ਮਾਰ ਦੇਣਾ, ਅਤੇ ਬਾਹਰ ਵਿੱਕੀ ਸੀ ਜੀ, ਅਤੇ ਉਹਦੇ ਨਾਲ ਆਪਣਾ ਕੀ ਕਹਿੰਦੇ ਮਿੱਠੀ ਵੀ ਬਾਹਰ ਭੱਜਿਆ, ਇੱਕ ਉਹਦੇ ਨਾਲ ਇੱਕ ਹੋਰ ਮੇਰੇ ਕਿਰਪਾਨ ਮਾਰੀ ਹੈ ਜੀ ਬਾਅਦ 'ਚ, ਹਾਂਜੀ ਅੰਦਰ ਵੜ ਕੇ ਫਿਰ ਅਸੀਂ ਖੋਲ੍ਹੀ ਜੀ, ਉਹ ਕਿਰਪਾਨ ਪਈ ਹੈ ਸਾਨੂੰ ਕਹਿੰਦਾ ਵੀ ਅੰਦਰ ਆ ਰਿਹਾ, ਅੰਦਰ ਆਏ ਦਾਰੂ ਪੀਤੀ, ਫੁੱਲ ਮਿੱਠੂ ਸੀਗਾ, ਸੰਜੂ ਸੀਗਾ, ਵਿੱਕੀ ਡਿਪੂ ਵਾਲਾ ਸੀਗਾ, ਲਵਲੀ ਸੀਗਾ ਜੀ, ਬਾਕੀ 12 ਤੇ ਹਰਾਨ ਪਛਾਤੇ ਸੀਗੇ, ਤੇ ਗੱਲ ਕਰਦੇ ਕਰਦੇ ਉਹਨਾਂ ਨੇ ਇੰਨੀ ਦਿਨ ਕਿਰਪਾਨ ਕੱਢੀ, ਡੈਡੀ ਦੇ ਪਤਾ ਨੀ ਕੀ ਮਾਰਿਆ ਉਹਦੇ ਚੱਕ ਕੇ, ਡੈਡੀ ਖੂਨੋ ਖੂਨ ਹੋ ਗਏ, ਅਸੀਂ ਉਹਦੇ ਘਬਰਾ ਗਏ, ਮੈਨੂੰ ਵਾਲਾ ਤੋਂ ਖਿੱਚ ਕੇ ਬਾਹਰ ਲੈ ਗਿਆ, ਤੇ ਉਹ ਭੈਣ ਦੇ ਕੜਾ ਮਾਰ ਲੱਗੇ, ਭੈਣ ਨੂੰ ਬਚਾਉਣ ਦੇ ਚੱਕਰ 'ਚ ਮੈਂ ਅੱਗੇ ਗਿਆ ਵਾਂ, ਡੈਡੀ ਨੇ ਮੈਨੂੰ ਬਚਾਇਆ, ਡੈਡੀ ਦੇ ਇੱਟ ਵੱਜ ਗਈ, ਬਹੁਤ ਜ਼ਿਆਦਾ ਭਾਜੀ, ਬਹੁਤ ਜ਼ਿਆਦਾ ਧੱਕਾ ਕੀਤਾ ਉਹਨਾਂ ਨੇ, ਇੱਟ ਵੀ ਮਾਰਤੀ ਜੀ ਬਾਅਦ 'ਚ, ਬਾਹਰ ਚਲੇ ਜਾਓ, ਫਿਰ ਅਸੀਂ ਚਾਰ ਬੰਦਿਆਂ ਦੀ ਕਈ ਕਹਿੰਦਾ ਤਿੰਨ ਦੀ ਦੇਵਾਂਗੇ, ਤਿੰਨ ਦੀ ਕੱਟ ਕੇ ਫਿਰ ਕਹਿੰਦਾ ਜਾਓ ਹੁਣ ਤੁਹਾਨੂੰ ਕਣਕ ਨੀ ਦੇਣੀ, ਹਾਂਜੀ ਏਦਾਂ ਸਾਡੇ ਨਾਲ ਹਰ ਵਾਰੀ ਮਹੀਨੇ ਏਦਾਂ ਹੀ ਕਰਦੇ, ਅਸੀਂ ਜਦੋਂ ਲੈਣ ਜਾਂਦੇ ਸਾਨੂੰ ਕਹੇਗਾ ਉਹਦੇ ਕੋਲ ਚਲੇ ਜਾਓ, ਕਹੇਗਾ ਉਹਦੇ ਕੋਲ ਚਲੇ ਜਾਓ, ਕੋਈ ਸਾਨੂੰ ਕਣਕ ਨੀ ਦਿੰਦਾ, ਲਲਕਾਰ ਕੇ ਗਏ ਆ, ਕਹਿੰਦਾ ਸਾਡੀ ਸਰਕਾਰ ਆ ਥਾਣੇ ਚੱਲੇ ਆ, ਆਜੋ ਤੁਹਾਨੂੰ ਉੱਥੇ ਦੇਖ ਲੈਣੇ ਆ, ਮਤਲਬ ਇੱਕ ਕੁੱਟੋ ਉੱਤੋਂ ਵੱਢੋ ਤੇ ਉੱਪਰੋਂ ਥਾਣੇ ਚੱਲੇ, ਪ੍ਰੈਸ਼ਰ ਪੂਰਾ ਹੈ ਜੀ ਇਹਨਾਂ ਦਾ ਜੀ, ਪੂਰਾ ਪੋਲੀਟੀਕਲ ਪ੍ਰੈਸ਼ਰ ਹੈ, ਕਹਿੰਦੇ ਅਸੀਂ ਦਫ਼ਤਰ ਬੰਨੇ ਜੇ ਜੋ ਤੁਹਾਡੇ ਕੋਲ ਕਾਰਵਾਈ ਹੁੰਦੀ ਕਰਵਾ ਕੇ ਦੇਖ ਲਓ, ਐਮਐਲਏ ਸਾਹਿਬ ਦੇਖਣਗੇ, ਐਮਐਲਏ ਸਾਹਿਬ ਵੀਡੀਓ ਜ਼ਰੂਰ ਦੇਖਣਗੇ, ਦਫ਼ਤਰ ਹੀ ਬੰਨੇ ਆ, ਕਹਿੰਦੇ ਆਜੋ ਉੱਥੇ ਬੰਨੇ ਆ, ਗੁੰਡਾਗਰਦੀ ਹੋ ਰਹੀ ਹੈ ਜੀ, ਉਹਨਾਂ ਦੇ ਨਾਮ ਤੇ ਗੁੰਡਾਗਰਦੀ ਕਰਦੇ ਪੂਰੀ, ਕਹਿੰਦੀ ਕਮੇਟਾ ਮੈਂ ਡਿੱਬਾ ਰੋਡ ਤੇ ਰਹਿਣਾ, ਸਾਡਾ ਉੱਥੇ ਡਿਪੂ ਹੈ ਤੇ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ, ਉੱਥੇ ਜਦੋਂ ਵੀ ਕਣਕ ਉਹ ਬਣਦਾ ਹਰੇਕ ਵਾਰੀ ਲੜਾਈ ਹੁੰਦੀ ਹੈ, ਐਮਐਲਏ ਦੇ ਬੰਦੇ ਆਉਂਦੇ ਆ, ਸਰਦਾਰ ਇੱਕ ਮੁੰਡਾ ਹੋਰ ਹੈਗਾ ਉਹਦਾ, ਮੈਨੂੰ ਉਹਦਾ ਨਾਂ ਨਹੀਂ ਪਤਾ, 4-5 ਵਾਰੀ ਅਸੀਂ ਕਹਿ ਕੇ ਉਹਨਾਂ ਨੂੰ ਐਮਐਲਏ ਦੇ ਧਿਆਨ 'ਚ ਵੀ ਲਿਆਂਦਾ, ਅਤੇ ਕੋਈ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ, ਕੋਈ ਐਮਐਲਏ ਕੋਈ ਕੁਛ ਨਹੀਂ ਕਹਿੰਦਾ, ਭੋਲਾ ਜੀ ਤਾਂ ਖਾਸ ਕਰਕੇ ਨਹੀਂ ਕਹਿੰਦੇ, ਸ਼ਹਿ ਦਿੰਦੇ ਆ ਬੰਦਿਆਂ ਨੂੰ, ਇੱਧਰ ਤਾਂ ਹੈ ਨਹੀਂ ਉਹ, ਜ਼ਰੂਰ ਸ਼ਹਿ ਦਿੰਦੇ ਜੀ, ਅਸੀਂ ਮੂੰਹ ਦੇ ਕਹਿਣ ਨੂੰ ਤਿਆਰ ਹਾਂ, ਅਸੀਂ ਆਪ ਨਾਲ ਜਾ ਕੇ ਮਹੱਲਾ 10 ਵਾਰੀ ਜਾ ਕੇ ਕਹਿ ਗਿਆ ਉੱਥੇ ਡਿੱਬਾ ਰੋਡ 'ਤੇ ਕਿ ਭੋਲਾ ਜੀ ਆਪਣੇ ਬੰਦਿਆਂ ਨੂੰ ਸਮਝਾਓ, ਇਹ ਬਹੁਤ ਉੱਥੇ ਗੁੰਡਾਗਰਦੀ ਕਰਦੇ ਆ, ਆ ਕੇ ਪਰਚੀਆਂ ਵੰਡਣਗੇ ਤਾਂ ਲੜਾਈ, ਕਣਕ ਵੰਡਣਗੇ ਤਾਂ ਲੜਾਈ, ਕੁਛ ਵੀ ਕਰਨ ਉੱਥੇ ਡਿਪੂ ਬਾਅਦ 'ਚ ਖੋਲ੍ਹਦਾ, ਲੜਾਈ ਪਹਿਲਾਂ ਹੁੰਦੀ ਉੱਥੇ, ਪ੍ਰਧਾਨ ਹੈਗਾ ਜੀ ਜਿਹੜਾ ਇਹਨੇ ਹੁਣ ਵੀ ਨਹੀਂ ਸਾਡੀ ਰਿਪੋਰਟ ਲਿਖਣ ਦੇਣੀ, ਸਾਨੂੰ ਸੰਜੂ ਪ੍ਰਧਾਨ ਹੈ, ਕੱਲ ਨੂੰ ਮੈਨੂੰ ਕੁਛ ਇੱਕ ਗੱਲ ਕਹਿ ਦਵਾਂ ਜੀ, SHO ਬੈਠੇ ਸਟੇਸ਼ਨ ਹਾਊਸ ਆਫੀਸਰ ਜਿਹੜਾ ਹੁੰਦਾ ਨਾ, ਉਹ ਮਾਂ ਹੁੰਦੀ ਤੇ ਪ੍ਰਿੰਸੀਪਲ ਹੁੰਦਾ ਥਾਣੇ ਦਾ, ਉਹਨਾਂ ਗੱਲਬਾਤ ਮੈਂ ਉਹਨਾਂ ਦੇ ਵਰਸਾਂ ਜ਼ਰੂਰ ਲਊਂਗਾ, ਤੁਸੀਂ ਜਾਈਓ, ਜ਼ਰੂਰ ਕਾਰਵਾਈ ਹੋਊਗੀ, ਕਿਉਂਕਿ ਲਾਅ ਆਰਡਰ ਕਿਸੇ ਨੂੰ ਹੱਥ ਥੋੜ੍ਹਾ ਲੈ ਦਿੱਤਾ ਹੋਊਗਾ, ਜਿਹੜਾ ਥਾਣੇ ਵੀ ਕੰਪਲੇਂਟ ਕਰਨ ਗਏ, ਸਿਰਫ ਕੱਚੀ ਪਰਚੀ ਲਿਖ ਕੇ ਭੇਜ ਤਾ, ਸਾਨੂੰ ਇਹ ਵੀ ਕਹਿ ਕੇ ਭੇਜਿਆ ਸੰਧੂ ਨੇ ਵੀ ਜੇ ਤੁਸੀਂ ਥਾਣੇ ਜਾਓਗੇ ਤਾਂ ਤੁਸੀਂ ਜਾ ਕੇ ਦਿਖਾਓ ਸਾਡੇ ਬੰਦੇ ਉੱਥੇ ਬੈਠੇ ਹੋਏ ਆ, ਫੋਨ ਦੇਖੋ ਬਾਈ ਜੀ ਇੱਕ ਮਿੰਟ, ਮੇਰਾ ਕਿੱਥੇ ਆ, ਰਾਤ ਬੋਲਿਆ ਜੀ ਉਹਨਾਂ ਦੇ, ਅਤੇ ਮਿੱਠੂ ਬਦਮਾਸ਼ੀ ਪੂਰੀ ਕਰਕੇ ਗਿਆ ਘਰੇ ਆ ਕੇ, ਨਾਲੇ ਉਹਦਾ ਏਰੀਆ ਨਹੀਂ ਲੱਗਦਾ ਘਰੇ, ਸਾਡੇ ਨਾਲ ਬੈਠਦੇ ਸੀਗੇ ਸੀਵਰ ਵਿੱਚ ਵੀ, ਚੋੜੇ ਹੋ ਕੇ ਖੜੇ ਰਿਹਾ ਬਰਾਬਰ, ਪੂਰੀ ਵੀਡੀਓ ਬਣੀ, ਇੱਟਾਂ ਯਾਰ ਦੱਸੋ ਯਾਰ ਇਹਨੂੰ, ਪਹਿਲੇ ਡਰਾ ਦੱਸੋ ਯਾਰ,
ਨਹੀਂ ਨਹੀਂ ਕਿੱਥੇ ਕੀ ਫਿਰ ਕਣਕ ਦਾ ਵਿਵਾਦ ਜਿਹੜਾ ਪੈ ਗਿਆ ਕਿਉਂ ਪੈ ਗਿਆ? ਅਸੀਂ ਤੇ ਪਰਚੀ ਕਟਾ ਕੇ ਘਰ ਆ ਗਏ ਸੀ ਜੀ, ਅਸੀਂ ਤੇ ਆ ਕੇ ਬੈਠੇ ਆ ਰਾਤੀ 10 ਵਜੇ ਅੰਦਰ ਆ ਗਏ, ਸਾਡੇ 10:30 ਵਜੇ ਰੋਟੀ ਖਾ ਰਹੇ ਸੀ, ਸਾਨੂੰ ਅੰਦਰ ਆ ਕੇ ਘੇਰਾ ਪਾ ਕੇ ਅੰਦਰੋਂ ਹੀ ਸਾਨੂੰ ਸਾਰਿਆਂ ਨੂੰ ਫੜ ਲਿਆ ਉਹਨਾਂ ਨੇ। ਅਸੀਂ ਤੇ ਕੋਈ ਗੱਲ ਨਹੀਂ ਕੀਤੀ, ਕੋਈ ਬਾਤ ਨਹੀਂ, ਅਸੀਂ ਤੇ ਆ ਗਏ ਪਰਚੀ ਕਟਾ ਕੇ, ਕਹਿੰਦੇ ਤੁਹਾਨੂੰ ਕਣਕ ਨਹੀਂ ਸੀਗਾ ਨਾ ਦਿਓ, ਕੋਈ ਗੱਲ ਨਹੀਂ। ਫਿਰ ਅੰਦਰ ਆ ਕੇ 10-12 ਬੰਦੇ ਅੰਦਰ ਆ ਕੇ ਸਾਨੂੰ ਸਾਰਿਆਂ ਨੂੰ ਮਾਰਿਆ ਵੇ, 5-6 ਬਾਈ ਨੇ ਯਾਦਾ ਮੈਨੂੰ ਬਾਕੀ ਹਨ ਪਤਾ ਕੀ ਹੋਇਆ। ਪਰਚੀ ਕਟਾ ਕੇ ਆ ਗਏ, ਤਿੰਨ ਸਾਡੇ ਕੋਲ ਪ੍ਰੂਫ ਵੀ ਹੈਗਾ ਪਰਚੀ ਦਾ, ਤਿੰਨ ਜੀਆਂ ਦੀ ਵੀ ਲੈਣ ਨੂੰ ਤਿਆਰ ਸੀ ਅਸੀਂ, ਤੇ ਸੰਜੂ ਦਾ ਟੈਲੀਫੋਨ ਆਇਆ ਵੀ ਤੁਸੀਂ ਨਾ ਜਾਓ। ਅਸੀਂ ਕਿਹਾ ਅਸੀਂ ਕਿਉਂ ਜਾਵਾਂਗੇ, ਦੱਸ ਇਹ ਆਪ ਉੱਥੇ ਜਾ ਕੇ ਪਹਿਲਾਂ ਰਿਪੋਰਟ ਲਿਖਾਈ ਸੰਜੂ ਨੇ, ਤੇ ਸਾਨੂੰ ਇੰਨੀ ਗੱਲ ਕਹਿੰਦਾ, ਕਹਿੰਦਾ ਜੇ ਤੁਹਾਡੇ 'ਚ ਤਾਕਤ ਹੋਈ ਰਿਪੋਰਟ ਲਿਖਾ ਕੇ ਵਿਖਾ ਦਿਓ ਕਹਿੰਦਾ। ਲੇਕਿਨ ਮੈਂ ਤੁਹਾਨੂੰ ਇੱਕ ਹਾਲਾਤ ਦਿਖਾਉਣ ਲੱਗਾ, ਮੈਂ ਆਪ ਇੱਕ ਕੱਪੜਾ ਉਤਾਰਨ ਲੱਗਾ, ਤੁਹਾਨੂੰ ਹਾਲਾਤ ਦਿਖਾਉਣ ਲੱਗਾ ਤਸਵੀਰ, ਲੇਕਿਨ ਬ੍ਰਲ ਕੀਤੀ ਜਾਊਗੀ। ਇਹ ਤਸਵੀਰ ਹੈ ਉਹ ਸ਼ਖਸ ਜਿਹਦੀ ਅੱਖ ਤੱਕ ਨਹੀਂ ਖੁੱਲ ਰਹੀ, ਜਿਹਦੇ ਦਾਤ ਮਾਰੇ ਗਏ ਨੇ, ਕਿਰਪਾਨ ਮਾਰੀ ਗਈ ਹੈ, ਅਤੇ ਸਾਰਾ ਦਾ ਸਾਰਾ ਫੇਸ ਜਿਹੜਾ ਡੈਮੇਜ ਕਰ ਦਿੱਤਾ ਗਿਆ ਵੈ। ਉਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਲਾਜ਼ਮੀ ਉਹ ਤਸਵੀਰ ਦਿਖਾਉਣੀ ਕਿ ਇਹ ਲੋਨ ਆਰਡਰ ਹੈ ਲੁਧਿਆਣਾ ਸ਼ਹਿਰ ਦਾ, ਅਮਨ ਸ਼ਾਂਤੀ ਹੈ ਲੁਧਿਆਣਾ ਸ਼ਹਿਰ ਦੀ, ਕਿ ਕਣਕ ਲੈਣ ਪਿੱਛੇ ਇੰਨਾ ਵਿਵਾਦ ਪੈ ਗਿਆ ਕਿ ਵਿਵਾਦ ਜਿਹੜਾ ਕਿੱਥੇ ਇੱਕ ਪਰਿਵਾਰ ਦੀ ਜਾਨ ਵੀ ਲੈ ਸਕਦਾ ਸੀਗਾ। ਲੇਕਿਨ ਕਾਰਵਾਈ ਕਿਉਂ ਨਹੀਂ ਹੋ ਰਹੀ? ਲੇਕਿਨ ਅਸੀਂ MLA ਸਾਹਿਬ ਨਾਲ ਗੱਲਬਾਤ ਕਰਦੇ ਕਿ ਇਹਨਾਂ ਨੇ MLA ਸਾਹਿਬ ਦੇ ਬੰਦਿਆਂ ਦੇ ਉੱਤੇ ਆਰੋਪ ਲਗਾਏ ਨੇ। ਸੰਜੂ ਦੇ ਨਾਂ ਤੋਂ ਮਸ਼ਹੂਰ ਹੈ ਜੀ, ਉਹ ਸੰਜੂ ਸ਼ਰਮਾ ਨਾਮ ਆ, ਸੰਜੂ ਸ਼ਰਮਾ ਜੀ, ਇੱਕ ਵਿੱਕੀ ਆ ਡੀਪੂ ਵਾਲਾ, ਇੱਕ ਮਿੱਠੂ ਆ ਜੀ, ਤੇ ਵਿੱਕੀ ਦਾ ਮੁੰਡਾ ਡੀਪੂ ਵਾਲਾ, ਬਾਕੀ ਅਣਪਛਾਤੇ ਮੁੰਡੇ ਸੀ ਰਾਤੀ ਸਾਰੇ। ਤੇ ਇੱਕ ਇਹਨਾਂ ਦੇ 3-4 ਦੇ ਡੀਪੂ ਹੈਗੇ ਜੀ, ਸਰਜੀਤ ਸਿੰਘ ਹੈਗਾ ਜੀ, ਪ੍ਰਵੀਨ ਕੁਮਾਰ ਹੈ, ਤੇ ਲਵਲੀ ਆ, ਇਹ ਸਾਰੇ ਮਿਲੇ ਸਾਹਿਬ। ਮੈਂ ਜਾਣਾ ਯਾਰ, ਹਲੋ ਹੁਣ ਜਾਊਂਗਾ ਮਹੀਨੇ ਦਾ। ਦੀਪ ਜੀ, MLA ਸਾਹਿਬ ਨਾਲ ਗੱਲ ਕਰਾਉਂਗੇ। ਇੱਥੇ ਡਿਪੂ ਵਾਲੇ ਸੀ ਗੁਰੂ ਅਰਜਨ ਨਗਰ, ਇੱਕ ਕਣਕ ਬੰਦੇ ਦੀ ਕਣਕ ਨਾ ਮਿਲਣ ਕਰਕੇ ਕੁੱਟਮਾਰ ਕੀਤੀ ਗਈ ਇੱਕ ਪਰਿਵਾਰ ਦੇ ਨਾਲ। ਗੱਲ ਕਰਾਉਂਗੇ MLA ਸਾਹਿਬ ਨਾਲ, ਉਹ ਕਹਿ ਰਹੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਹਾਂ, ਅਸੀਂ ਤਾਂ ਇੱਦਾਂ ਹੀ ਕਰਾਂਗੇ, ਘਰ ਵੜ ਕੇ ਕੁੱਟਮਾਰ ਕਰਕੇ ਗਏ ਨੇ, ਇਹ ਕੋਲ ਹੀ ਖੜੇ ਹੋਏ ਨੇ। ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ, ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਗੁਰੂ ਅਰਜਨ ਨਗਰ ਵਿੱਚ ਕਣਕ ਨੂੰ ਲੈ ਕੇ ਵਿਵਾਦ ਹੋਇਆ ਸੀਗਾ, ਤੇ ਇੱਕ ਬੰਦੇ ਦੇ ਘਰ ਦੇ ਵਿੱਚ ਵੜ ਕੇ ਕਿਰਪਾਨ ਮਾਰੀ ਗਈ, ਉਤੋਂ ਦੀ ਇਹਨਾਂ ਦਾ ਆਰੋਪ ਹੈਗਾ ਕਿ ਉਹ ਸਾਨੂੰ ਆਮ ਆਦਮੀ ਪਾਰਟੀ ਦੀ ਧਮਕੀਆਂ ਦਿੰਦੇ ਪਏ, ਜਿਹੜੇ ਕਣਕ ਦੇ ਡਿਪੂ ਦਾ ਉਹ ਮਾਲਕ ਹੈ। ਬਿਲਕੁਲ ਜੀ, ਬਿਲਕੁਲ ਆਮ ਆਦਮੀ ਪਾਰਟੀ ਦਾ ਕੋਈ ਇਸ ਤਰ੍ਹਾਂ ਦਾ ਕਲਚਰ ਨਹੀਂ ਹੈਗਾ ਜੀ, ਜਿਹੜਾ ਗੁੰਡਾਗਰਦੀ ਕਰੂਗਾ ਚਾਹੇ ਜੋ ਵੀ ਮਰਜ਼ੀ ਹੋਊਗਾ ਕੋਈ ਬਖਸ਼ਿਆ ਨਹੀਂ ਜਾਊਗਾ। ਲੇਕਿਨ ਮੈਂ ਇਹਨਾਂ ਨੂੰ ਸਾਫ਼ ਗੱਲ ਕੀਤੀ, ਮੈਂ ਕਿਹਾ MLA ਸਾਹਿਬ ਬਹੁਤ ਵਧੀਆ ਨੇ ਤੇ MLA ਸਾਹਿਬ ਕਾਰਵਾਈ ਕਰਨਗੇ, ਪਕਸ਼ਪਾਤ ਨਹੀਂ ਕਰਨਗੇ। ਬਿਲਕੁਲ ਬਿਲਕੁਲ, ਕੋਈ ਪਕਸ਼ਪਾਤ ਨਹੀਂ। MLA ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ, ਕਰੋਗੇ ਸਰ? ਹਾਂਜੀ, ਸਤਿ ਸ਼੍ਰੀ ਅਕਾਲ ਸਰਦਾਰ ਜੀ। ਮੈਂ ਜਸਵਿੰਦਰ ਸਿੰਘ ਬੋਲਦਾ ਜੀ, ਇੱਥੇ ਬਲਵਿੰਦਰ ਸਿੰਘ ਤੁਹਾਡਾ ਜਿੱਥੇ ਤੁਸੀਂ ਆਉਂਦੇ ਹੁੰਦੇ ਬਲਵਿੰਦਰ ਸਿੰਘ ਦੀ ਫੈਕਟਰੀ, ਉਹਦੇ ਨਾਲ ਮੇਰਾ ਘਰ ਲੱਗਦਾ ਜੀ, ਤੇ ਮੈਨੂੰ ਨਾ ਉਹਨਾਂ ਨੇ, ਸੰਜੂ ਹੈਗਾ ਤੁਹਾਡਾ ਇੱਥੇ ਦਾ ਪ੍ਰਧਾਨ, ਆਪਣੇ ਆਪ ਨੂੰ ਘੁਮਾਉਂਦਾ ਜੀ, ਉਹ ਕਹਿੰਦਾ ਮੈਨੂੰ ਉਹਨੇ ਕਿਹਾ, ਕਹਿੰਦਾ ਜਾ ਤੇਰੀ ਰਿਪੋਰਟ ਲਿਖਾਉਣੀ ਤੇ ਇਹਦੇ 'ਚ ਹਿੰਮਤ ਹੋਈ ਤਾਂ ਲਿਖਾ ਕੇ ਵਿਖਾ ਦੇ। ਵਾਕਈ ਨਹੀਂ ਸਾਡੀ ਰਿਪੋਰਟ ਲਿਖੀ ਗਈ ਜੀ, 7 ਨੰਬਰ ਥਾਣੇ 'ਚ ਉਹਨਾਂ ਨੇ ਨਹੀਂ ਲਿਖੀ, ਤਾਂ ਲਿਖਣ ਆਉਣੀ ਵੀ ਨਹੀਂ। ਉਹ ਸੰਜੂ ਹੈਗਾ ਜੀ, ਕਵਲਜੀਤ ਸਿੰਘ, ਸੰਜੂ ਸ਼ਰਮਾ ਜੀ, ਸੰਜੂ ਸ਼ਰਮਾ, ਤੇ ਇੱਕ ਮਿੱਠੂ ਹੈਗਾ ਜੀ, ਜਿਹਨੇ ਮੇਰੇ ਕੋਲ ਤੁਹਾਨੂੰ ਕਹਿ ਰਹੇ ਤੁਸੀਂ ਆਪਣੀ ਰਿਪੋਰਟ ਲਿਖਾਓ, ਰਾਤੀ ਗਏ ਸੀ ਨਹੀਂ ਲਿਖੇ ਜੀ, ਕੱਚੀ ਰਿਪੋਰਟ ਲੈ ਜਾਓ। MLA ਸਾਹਿਬ, MLA ਸਾਹਿਬ ਕਹਿ ਰਹੇ ਨੇ। ਅੱਛਾ ਜੀ, ਸਰਦਾਰ ਜੀ ਮੈਂ ਤੁਹਾਨੂੰ ਦੱਸਿਆ ਵੀ ਉਹਦਾ ਨਾਂ ਦੱਸਤਾ ਉਹਨੇ, ਕੱਲ੍ਹ ਨੂੰ ਸਾਡਾ ਮੇਰੇ ਮੁੰਡੇ ਨੂੰ ਜਾਂ ਮੈਨੂੰ ਕੁਛ ਹੁੰਦਾ ਇਹ 3 ਬੰਦੇ ਜ਼ਿੰਮੇਵਾਰ ਹੋਣਗੇ ਜੀ। ਇੱਕ ਵਿੱਕੀ ਹੈਗਾ ਜੀ, ਵਿੱਕੀ ਕਹਿੰਦਾ ਤੁਸੀਂ ਕਾਰਵਾਈ ਕਰਾਓ, ਤੁਸੀਂ ਕਾਰਵਾਈ ਕਰਾਓ, ਆਪਣੀ ਕਾਰਵਾਈ ਕਰਾਓ। MLA ਸਾਹਿਬ, ਇਹਨਾਂ ਦਾ ਨਾ ਫੇਸ ਦੇਖਣ ਵਾਲਾ ਨਹੀਂ, ਇਹਨਾਂ ਦੇ ਸਿਰ ਤੇ ਅੱਖਾਂ ਪੂਰੀਆਂ ਡੈਮੇਜ ਹੋ ਚੁੱਕੀਆਂ ਹੋਈਆਂ ਨੇ। ਇਹਨਾਂ ਨੇ ਮੈਡੀਕਲ ਕਰਾ ਲਿਆ MLA ਸਾਹਿਬ, ਮੈਡੀਕਲ ਕਰਾ ਕੇ ਰਿਪੋਰਟ ਲਿਖਾਓਗੇ ਜੀ।
ਚਲੋ ਠੀਕ ਹੈ ਐਮ ਐਲ ਏ ਸਾਹਿਬ, ਬਹੁਤ ਬਹੁਤ ਸ਼ੁਕਰੀਆ ਐਮ ਐਲ ਏ ਸਾਹਿਬ। ਇਹ ਬਹੁਤ ਵਧੀਆ ਐਮ ਐਲ ਏ ਨੇ, ਲੁਧਿਆਣਾ ਹਲਕੇ ਪੂਰਵੀ ਨੂੰ ਮਿਲੇ ਨੇ, ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ। ਬਹੁਤ ਵਧੀਆ ਸੀਗੇ ਅੱਜ ਤੋਂ 4-5 ਸਾਲ ਪਹਿਲਾਂ, ਅਸੀਂ ਇਹ ਨਹੀਂ ਕਹਿੰਦੇ, ਪਰ ਹੁਣ ਇਹ ਸੁਣਵਾਈ ਨਹੀਂ ਹੁੰਦੀ। ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਚਾਹੇ ਵੀਆਈਪੀ ਕਲਚਰ ਅਸੀਂ ਨਹੀਂ ਚੱਲਣ ਦਾਂਗੇ, ਅਗਰ ਸਾਡੀ ਪਾਰਟੀ ਦਾ ਬੰਦਾ ਗੁੰਡਾਗਰਦੀ ਕਰਦਾ ਤਾਂ ਉੱਤੇ ਵੀ ਕਾਰਵਾਈ ਹੋਊਗੀ। ਲੇਕਿਨ ਇਹ ਪਰਿਵਾਰ ਲਗਾਤਾਰ ਮੈਂ ਫੇਸ ਦਿਖਾਉਣ ਲਈ ਇਸ ਕਰਕੇ ਮਜਬੂਰ ਹੋਇਆ ਕਿ ਇਸ ਬੰਦੇ ਦੀ ਸ਼ਕਲ ਤੱਕ ਨਹੀਂ ਦਿਖ ਰਹੀ, ਅੱਖ ਤੋਂ ਕੁਛ ਬੰਦਾ ਦੇਖ ਨਹੀਂ ਪਾ ਰਿਹਾ, ਇਹ ਹਾਲਾਤ ਨੇ। ਹੁਣ ਕਾਰਵਾਈ ਲਈ ਐਸ ਐਚ ਓ ਨੂੰ ਫੋਨ ਕਰਦੇ ਹਾਂ, ਐਸ ਐਚ ਓ ਸਾਹਿਬ ਕੀ ਕਹਿੰਦੇ ਨੇ ਅਤੇ ਉਹ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ। ਲੇਕਿਨ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਪਰਿਵਾਰ ਕਣਕ ਜਿਹੜੀ ਹੈ ਸੈਂਟਰ ਵੱਲੋਂ ਆਉਂਦੀ, ਸੈਂਟਰ ਤੋਂ ਸਟੇਟ ਸਰਕਾਰ ਆਪਣੀ ਮੋਹਰ ਲਗਾ ਕੇ ਅੱਗੇ ਦਿੰਦੀ ਹੈ, ਸਰਕੂਲੇਟ ਕਰਦੀ ਹੈ। ਲੇਕਿਨ ਮੋਹਰਾਂ ਤੋਂ ਬਾਅਦ ਪਰਿਵਾਰਾਂ ਦੇ ਜਿੰਨੇ ਜੀ ਹੁੰਦੇ ਨੇ ਉਨੇ ਅੰਗੂਠੇ ਲੱਗਦੇ ਨੇ, ਅੰਗੂਠਿਆਂ ਦੇ ਵਿੱਚ ਗਬਨ ਜਿਹੜਾ ਆਮ ਜਿਹੜੇ ਡੀਪੂ ਵਾਲੇ ਨੇ ਕਰਦੇ ਨੇ, ਇੱਕ ਬੰਦੇ ਦੀ ਕਣਕ ਖਾ ਲਈ ਤਾਂ ਉਹ ਕਿੱਥੇ ਨਾ ਕਿੱਥੇ ਵੇਚੀ ਜਾਂਦੀ ਹੋਏਗੀ। ਲੇਕਿਨ ਹੁਣ ਦੇਖਦੇ ਹਾਂ ਕਿ ਡੀਪੂ ਵਾਲਿਆਂ ਦੇ DFO ਵੱਲੋਂ ਕੀ ਕਾਰਵਾਈ ਹੋਊਗੀ। ਲੇਕਿਨ ਇਹ ਵੱਡਾ ਸਵਾਲ ਹੈ ਕਿ ਇਹਨਾਂ ਨੂੰ ਪਹਿਲਾਂ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ। ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ। ਜਿਸ ਡੀਪੂ ਮਾਲਕ ਦੇ ਨਾਲ ਲੜਾਈ ਝਗੜਾ ਹੋਇਆ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ, ਕੀ ਮਾਮਲਾ ਸੀਗਾ, ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸਰਜੀਤ ਸਿੰਘ ਜੀ। ਸੁਦੀਪ ਜੀ, ਕਿਸ ਤਰ੍ਹਾਂ ਕਣਕ ਕੱਟੀ ਜਾਂਦੀ ਹੈ? ਕਣਕ ਵਾਲਿਆਂ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦੇ ਹੈ ਕਿ ਬੇਮਾਨੀਆਂ ਕਰਦੇ ਨੇ, ਇਹ ਕਣਕ ਦੇ ਵਿੱਚ ਘੇਰਾ ਫੇਰੀਆਂ ਕਰਦੇ ਨੇ। 4 ਬੰਦੇ ਦੀ ਕਣਕ 'ਤੇ 3 ਬੰਦਿਆਂ ਨੂੰ ਕਿੱਦਾਂ ਅਪਰੂਵਲ ਮਿਲ ਗਈ ਅਤੇ ਚੌਥਾ ਬੰਦਾ ਕਿੱਥੇ ਗਿਆ? ਅਸੀਂ ਜੀ ਮਸ਼ੀਨ ਦੇ ਵਿੱਚ ਜੋ ਸਾਨੂੰ ਮਸ਼ੀਨ ਕਹੂਗੀ ਕੱਢੂਗੀ ਪਰਚੀ, ਅਸੀਂ ਉਹੀ ਹੀ ਦੇਣ ਦੇ ਹੱਕ ਦੇਣਾ। ਵੀ 3 ਦੀ ਪਰਚੀ ਹੈ, 4 ਦੀ ਕਿੱਦਾਂ ਦੇਣਾ? ਪਹਿਲੇ 4 ਨੂੰ ਮਿਲਦੀ ਸੀ? ਨਹੀਂ ਜੀ, ਸ਼ੁਰੂ ਤੋਂ 3 ਨੂੰ ਹੀ ਮਿਲਦੀ ਹੈ। ਇਹਨਾਂ ਕਾਰਡ ਕੱਟਿਆ ਗਿਆ ਸੀਗਾ, ਇਹਦੇ ਕੱਟ ਕੇ ਜਦੋਂ ਮਗਰੋਂ ਆਇਆ ਫਿਰ 3 ਦੀ ਰਹਿ ਗਈ ਮਸ਼ੀਨ ਦੇ ਵਿੱਚ। ਤੁਹਾਡੇ ਕੋਲ ਕੋਈ ਉਹਦਾ ਪਰੂਫ ਹੈ ਕਿ ਇਹਨਾਂ ਦਾ ਕਾਰਡ ਕੱਟਿਆ ਗਿਆ? ਨਹੀਂ, ਇਹ ਨਹੀਂ ਆਪਾਂ ਕਹਿ ਸਕਦੇ, ਇਹ ਆਪਾਂ ਜੋ ਗੌਰਮੈਂਟ ਨੇ ਕਰਨਾ ਸੀ ਉਹ ਕਰਦੇ ਨਹੀਂ ਹੈਗੇ, ਨਾ ਅਸੀਂ ਕਹਿੰਦੇ ਹਾਂ ਕਿਸੇ ਨੂੰ, ਨਾ ਸਾਨੂੰ ਲੋੜ ਆ ਵੀ ਕਿਹੜਾ ਕੱਟੋ ਜਾਂ ਨਾ ਕੱਟੋ। ਅੱਛਾ, ਨਾਮ ਗੌਰਮੈਂਟ ਵੱਲੋਂ ਕੱਟਿਆ ਗਿਆ? ਹਾਂਜੀ, ਉਹ 3 ਦੀ ਹੀ ਪਰਚੀ ਨਿਕਲੀ, ਅਸੀਂ 3 ਦੇ ਹੀ ਹੱਕਦਾਰਾਂ ਦੇਣ ਦੇ। ਫਿਰ ਇਹ ਤਸਵੀਰ ਹੈ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਨਾਮ ਕੱਟਿਆ ਗਿਆ ਵਾ, ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਆਹ ਦੇਖ ਸਕਦੇ ਹੋ। ਕੈਮਰਾਮੈਨ ਕਹੂੰਗਾ ਅੱਗੇ ਆਣਗੇ, ਇਹ ਨਾਮ ਕੱਟੇ ਗਏ ਹੋਏ ਨੇ। ਇੱਕ 3 ਦੀ ਪਰਚੀ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਹੜੀ ਆ ਰਹੀ, 3 ਦੀ ਪਰਚੀ ਹੈ, ਇੱਕ ਨਾਮ ਨਹੀਂ ਹੈਗਾ ਵਾ, ਇਹ ਨਾਮ ਇੱਕ ਨਹੀਂ ਹੈਗਾ ਵਾ। ਲੇਕਿਨ ਮੈਨੂੰ ਇੱਕ ਗੱਲ ਦੱਸੋ, ਤੇ ਕੁੱਟਮਾਰ ਦਾ ਕਿਹੜਾ ਜ਼ਰੀਆ ਬਣ ਗਿਆ ਕਿ ਇੱਕ ਬਦਮਾਸ਼ੀ ਕਰੋਗੇ ਤੁਸੀਂ? ਮੈਂ ਸਾਡੇ ਕੋਲ ਵਾਈਫਾਈ ਚੱਲਦੀ ਨਹੀਂ, ਅਸੀਂ ਇੱਥੇ ਇਹਨਾਂ ਦੇ ਘਰੇ ਬਹਿ ਕੇ ਪਰਚੀ ਕੱਢਦੇ, ਮੇਰੀ ਨੂੰਹ ਸੀ, ਮੇਰੀ ਨਜ਼ਰ ਨੂੰ ਹੈ ਨਹੀਂ ਗੀ, ਨਾਲ ਉਹ ਕੰਮ ਕਰਾ ਜਾਂਦੀ ਹੈ, ਪਰਚੀਆਂ ਉਹ ਕੱਢਦੀ ਹੈ, ਅਤੇ ਉਹਨੂੰ ਪਹਿਲਾਂ ਗਾਣਾ ਕੱਢਣ ਲੱਗ ਗਿਆ, ਤੂੰ ਕਿਵੇਂ ਕਰ ਦੇਂਗੀ, ਫਲਾਨਾ ਕਰ ਦੇਂਗੀ, ਉਹ ਹੈਂਜੀ ਸਾਨੂੰ ਤਾਂ ਹੁਣ ਇਹ ਹੈ ਨਹੀਂ ਸੀ ਬੰਦਾ, ਇਹ ਕਰੂਗਾ ਜਾਂ ਛੋਟੀ ਜਿਹੀ ਗੱਲ ਕਹਿਣ ਲੱਗਾ, ਤੁਸੀਂ ਡੀਪੂ 'ਤੇ ਕਣਕ ਵੇਚਦੇ ਹੋ, ਸਰਕਾਰੀ ਕਣਕ ਦਿੰਦੇ ਹੋ ਲੋਕਾਂ ਨੂੰ, ਤੁਹਾਨੂੰ ਇੱਕ ਕੈਮਰਾ ਲਗਾਉਣਾ ਚਾਹੀਦਾ, ਤੁਹਾਡੇ ਨਾਲ ਤੁੱਤੂ ਮੈਮ ਕੋਈ ਕਰਦਾ, ਤੁਹਾਡੇ ਨਾਲ ਕੋਈ ਗਾਲੀ ਗਲੋਚ ਕਰਦਾ, ਤੁਹਾਡੇ ਕੋਲ ਕੋਈ ਪਰੂਫ ਤਾਂ ਹੋਵੇ? ਤੁਸੀਂ ਕਹਿ ਰਹੇ ਹੋ ਕਿ ਬਹਿਸ ਬਸੀ ਇਹ ਕਰਤੀ, ਉਹਨਾਂ ਕੋਲ ਤਾਂ ਪਰੂਫ ਹੈ, ਤੂੰ ਘਰ ਦੇ ਬਾਹਰ ਇੱਟਾਂ ਵਰਸਾ ਰਹੇ। ਸਾਡੇ ਕੋਲ ਵਾਈਫਾਈ ਨਹੀਂ ਚੱਲਦਾ, ਤਾਂ ਹੀ ਇਸ ਕਰਕੇ ਇਹਨਾਂ ਦੇ ਘਰ ਬੈਠ ਕੇ ਹੀ ਪਰਚੀ ਕੱਟ ਰਹੇ ਸੀਗੇ, ਵਾਈਫਾਈ ਚੱਲਣੀ ਵਜ੍ਹਾ ਸੀ ਵੀ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਨਾ, ਵੀ ਪਰਚੀਆਂ ਕੱਟ ਲਈਏ ਕਣਕ ਦੇਈਏ, ਅਤੇ ਅਸੀਂ ਤਾਂ ਇਹਨਾਂ ਦੇ ਘਰ ਬੈਠੇ ਸੀਗੇ, ਇਹਨਾਂ ਦੇ ਵੀ ਨੌਂ ਨੂੰ ਜਿਹੜੀ ਮਾਤਾ ਜੀ ਆ ਬੈਠੇ ਜੀ, ਤੁਸੀਂ ਦੇਖੀ ਹੋਣੀ, ਅਤੇ ਉਹਨਾਂ ਦੀ ਨੌਂ ਨੂੰ ਕੁੜੀ ਨੂੰ ਇਹਨਾਂ ਵਿੱਚ ਗਾਲਾਂ ਕੱਢਣ ਲੱਗ ਗਿਆ, ਇਹਨਾਂ ਦੇ ਮੁੰਡੇ ਨੂੰ ਆ ਕੇ ਅੰਦਰ ਦੋਨੇ ਵੜ ਗਏ, ਅਤੇ ਇੱਕ ਵੜ ਗਿਆ ਅਤੇ ਕਹਿੰਦਾ ਜਾ ਹਥਿਆਰ ਲਿਆ ਆਲੇ ਦੁਆਲੇ, ਇੱਥੇ ਵੜ ਕੇ? ਹਾਂਜੀ, ਆਲੇ ਦੁਆਲੇ ਕੈਮਰਾ ਲੱਗਿਆ ਕੋਈ? ਦੂਰ ਆ, ਅਤੇ ਅੰਦਰ ਵੜ ਗਿਆ, ਅੰਦਰ ਵੜ ਗਿਆ, ਉਹਨੂੰ ਕਹਿੰਦਾ ਹਥਿਆਰ ਲਿਆ, ਬਾਹਰ ਨਿਕਲਿਆ, ਉਹਦਾ ਭਰਾ ਦੂਜਾ ਆ ਗਿਆ, ਦੂਜਾ ਆ ਕੇ ਅਤੇ ਇੰਨਾ ਅੰਦਰ ਵੜ ਗਿਆ, ਅੰਦਰ ਵੜੀ ਗਿਆ ਉਹ, ਅਤੇ ਵੜਦੇ ਵੜਦੇ
ਵੱਧਦੇ ਵੱਧਦੇ ਉਹਨੂੰ ਮੁੰਡੇ ਨੇ ਧੱਕਾ ਮਾਰਤਾ, ਇਹਨਾਂ ਦੇ ਲੜਕੇ ਨੇ ਜਿਹਨਾਂ ਘਰੇ ਕਰਦੇ ਸੀਗੇ ਉਹਨੇ ਧੱਕਾ ਮਾਰੇ ਬਾਹਰ ਕਰਤਾ। ਉਹ ਇੰਨੇ ਜੀ ਫਿਰ ਗਰਮ ਹੋ ਗਏ ਬਹੁਤ ਜ਼ਿਆਦਾ, ਮੈਂ ਹੱਥ ਜੋੜੇ, ਮੈਂ ਭਰਾਵਾ ਕੋਈ ਗੱਲ ਨਹੀਂ ਆਪਾਂ ਗਲਤ ਥੋੜ੍ਹੀ ਕਰਦੇ, ਜੋ ਉਹਦੇ ਚੈੱਕ ਕਰਾ ਨਹੀਂ ਕਿੱਥੇ ਮਰਜ਼ੀ ਜਾ ਕੇ ਆਪਾਂ ਪਰਚੀ ਕੱਟ ਦੇਣੀ ਨਹੀਂ ਹੈਗੀ, ਅਸੀਂ ਕਿਉਂ ਦੇਈਏ? ਜੋ ਮਸ਼ੀਨ ਨੇ ਕੱਢਿਆ ਅਸੀਂ ਦੇਣਾ, ਅਸੀਂ ਦੇਖ ਲਾਂਗੇ ਜੀ। ਅੱਛਾ, ਤੁਸੀਂ ਆਮ ਆਦਮੀ ਪਾਰਟੀ 'ਚੋਂ ਵਧੀਆ ਚੱਲ ਵੀ ਰਹੇ ਹੋ, ਆਮ ਆਦਮੀ ਪਾਰਟੀ ਦਾ ਰਸੂਖ ਵੀ ਬਹੁਤ ਵਧੀਆ ਵਾ, ਘਰੇ ਤੁਸੀਂ ਗਏ ਸੀਗੇ? ਸਰ ਇੱਕ ਮੇਰੀ ਗੱਲ ਸੁਣੋ, ਮੈਨੂੰ ਫੋਨ ਆਇਆ ਵਿੱਕੀ ਜੀ ਦਾ, ਵਿੱਕੀ ਜੀ ਕਹਿੰਦੇ ਕਿ ਇੱਦਾਂ ਇੱਦਾਂ ਘਰੇ ਨਾ ਆਪਣੇ ਇੱਦਾਂ ਮਾਤਾ ਜੀ ਨਾਲ ਹੱਥਾਪਾਈ ਕਰਕੇ ਗਏ, ਲੇਡੀਜ਼ ਨਾਲ ਧੱਕਾ ਤੁੱਕਾ ਧੱਕਾ ਮੁੱਕੀ ਕੀਤੀ ਆ, ਅਤੇ ਆਪਾਂ ਕੰਪਲੇਂਟ ਲਿਖਾ ਕੇ ਆਉਣੀ ਹੈ। ਮੈਂ ਕਿਹਾ ਠੀਕ ਹੈ ਵਿੱਕੀ ਵੀਰੇ, ਤੁਸੀਂ ਚੱਲੋ ਮੇਰੇ ਨਾਲ। ਅਸੀਂ ਕੰਪਲੇਂਟ ਲਿਖਾ ਕੇ ਵਾਪਸ ਆਉਂਦੇ ਪਏ ਅਤੇ ਉੱਥੇ ਖੜਾ ਸੀਗਾ ਬਾਹਰ, ਮੈਂ ਉੱਥੇ ਐਕਟਿਵਾ ਬਿਲਕੁਲ ਵੀਰੇ ਸੱਚ ਦੱਸਾਂਗਾ, ਮੈਂ ਉੱਥੇ ਰੁਕਿਆ, ਮੈਂ ਤੇ ਵਿੱਕੀ ਸੀਗੇ। ਮੈਂ ਵਿੱਕੀ ਵੀਰੇ ਨੂੰ ਕਿਹਾ, ਮੈਂ ਕਿਹਾ ਵਿੱਕੀ ਯਾਰ ਤੂੰ ਕੀ ਯਾਰ ਪਰਚੀ ਪਿੱਛੇ ਇੱਕ ਬੰਦੇ ਦੀ ਕਣਕ ਪਿੱਛੇ ਕੱਟੀ ਜਾਣਾ, ਮੈਂ ਕਿਹਾ ਤੂੰ ਦੇ ਪਰਾਂ ਕਰ ਯਾਰ, ਠੀਕ ਹੈ ਜੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਜੀ ਗੱਲ ਕੀ ਹੋ ਗਈ? ਮੈਨੂੰ ਕਹਿੰਦਾ, ਕਹਿੰਦਾ ਭਾਅ ਜੀ ਤੁਸੀਂ ਇੱਕ ਮਿੰਟ ਅੰਦਰ ਆ ਜਾਓ, ਆਪਾਂ ਅੰਦਰ ਆ ਕੇ ਗੱਲ ਕਰਦੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਹ ਵੀਡੀਓ ਆਹ ਦੇਖੋ ਜੀ, ਹੈਗੀ ਵੀਡੀਓ ਸਾਨੂੰ ਦਿੱਤੀ ਉਹਨਾਂ ਨੇ। ਸਰ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਲਾਈਵ ਹੀ ਚਲਾਵਾਂਗਾ, ਚੱਲੇਗੀ ਲਾਈਵ? ਹਾਂ, ਮੈਂ ਉੱਥੇ ਉਹਨਾਂ ਨੂੰ ਕੁਛ ਨਹੀਂ ਕਿਹਾ, ਉਹ ਮੈਨੂੰ ਕਹਿੰਦੇ ਪਏ, ਮੈਂ ਹੱਥ ਪਿੱਛੇ ਕਰਕੇ ਖੜ ਗਿਆ। ਲੇਕਿਨ ਉਹਨਾਂ ਦਾ ਆਰੋਪ ਹੈ ਤੁਸੀਂ ਘਰ ਦੇ ਵਿੱਚ ਦਾਖਲ ਹੋਏ ਹੋ ਨਾ ਉਹਨਾਂ ਦੇ। ਸਰ ਇੱਕ ਮੇਰੀ ਗੱਲ ਸੁਣੋ, ਹੁਣ ਮੈਨੂੰ ਛੋਟਾ ਜਿਹਾ, ਮੈਂ ਮੋਤਬਾਰ ਬੰਦਾ, ਜੇ ਅਗਰ ਦੋ ਧਿਰਾਂ ਦਾ ਝਗੜਾ ਹੋਇਆ ਸੁਲਝਾਉਣ ਜਾਊਂਗੀ, ਮੈਂ ਸੁਲਝਾਉਣ ਜਾਊਂਗਾ ਜੀ। ਤੁਹਾਨੂੰ ਫੋਨ ਕਰਕੇ ਬੁਲਾਇਆ ਮਿੱਠੂ ਵੀਰ, ਕੀ ਤੁਹਾਨੂੰ ਇੱਦਾਂ ਬੁਲਾਇਆ? ਸਰ ਆਹ ਲਾਂਘਾ ਇੱਕੋ ਹੀ ਹੈ ਰੋਡ ਦਾ, ਆਹ ਹੁਣ ਤੁਸੀਂ ਇੱਥੋਂ ਦੀ ਆਏ ਹੋ, ਤੁਸੀਂ ਵੀ ਆਏ ਹੋ, ਤੁਸੀਂ ਰੋਡ ਤਾਂ ਇੱਕੋ ਹੀ ਆ। ਹੁਣ ਮੈਂ ਉੱਥੋਂ ਇਹਨੂੰ ਛੱਡਣ ਆ ਰਿਹਾ ਸੀ ਘਰ, ਅਤੇ ਮੈਨੂੰ ਅੱਗੇ ਕਹਿੰਦਾ, ਕਹਿੰਦਾ ਇੱਕ ਮਿੰਟ ਆਪਣਾ। ਮੈਂ ਕਿਹਾ ਯਾਰ ਵਿੱਕੀ ਮੈਂ ਪੁੱਛ ਲੈਂਦਾ ਕੀ ਗੱਲ ਹੋਈ, ਮੈਂ ਕਿਹਾ ਬਾਈ ਜੀ ਦੱਸੋ। ਉਸ ਤੋਂ ਪਹਿਲਾਂ ਸੰਜੂ ਸ਼ਰਮਾ ਜੀ ਨਾਲ ਗੱਲ ਹੋਈ ਇਹਨਾਂ ਦੀ, ਸੰਜੂ ਸ਼ਰਮਾ ਜੀ ਨੇ ਕਿਹਾ ਆਪਾਂ ਬਹਿ ਕੇ ਨਿਬੇੜ ਦਿੰਦੇ ਹਾਂ। ਤੁਹਾਡਾ ਨਾਂ ਵੀ ਬਖੂਬੀ ਲਿੱਤਾ ਕਿ ਬੜੀ ਬਦਮਾਸ਼ੀ ਕੀਤੀ ਸੰਜੂ ਸ਼ਰਮਾ ਜੀ ਨੇ ਆਮ ਆਦਮੀ ਪਾਰਟੀ ਨੇ, ਇੱਟਾਂ ਰੋੜੇ ਪੱਥਰ ਕੌਣ ਪਰਸਾ ਰਿਹਾ ਫਿਰ? ਉਹ ਬਾਈ ਜੀ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ। ਫਿਰ ਅਸੀਂ ਅੰਦਰ ਬੈਠੇ ਸੀਗੇ, ਤੁਸੀਂ ਵੀਡੀਓ 'ਚ ਦੇਖਿਓ ਵਿੱਕੀ ਵੀ ਬੈਠਾ ਹੈਗਾ, ਵਿੱਕੀ ਫੋਨ 'ਤੇ ਗੱਲ ਕਰਦਾ ਪਿਆ। ਉਨੀ ਦੇਰ ਉਹਨਾਂ ਦਾ ਛੋਟਾ ਮੁੰਡਾ ਗਿਆ, ਜਾ ਕੇ ਕਿਰਪਾਨ ਲਿਆਇਆ, ਆਹ ਵਿੱਕੀ ਦੇ ਸਿਰ 'ਤੇ ਮਾਰੀ ਉਹਨੇ। ਤੇ ਜਿਹੜੀ ਉਹਨਾਂ ਕੋਲ ਕਿਰਪਾਨ ਹੈਗੀ ਆ ਉਹ ਉਹਨਾਂ ਦੀ ਹੈ ਸਰ, ਉਹ ਤਾਂ ਕਹਿੰਦੇ ਲਾ ਕੇ ਲਿਆਏ ਨੇ। ਇੱਕ ਕੰਮ ਕਰੋ ਸਰ, ਫਿੰਗਰ ਪ੍ਰਿੰਟ ਆਪਾਂ ਕਰਾ ਲੈਂਦੇ ਹਾਂ, ਜੇ ਅਗਰ ਉੱਥੇ ਫਿੰਗਰ ਪ੍ਰਿੰਟ ਮੇਰਾ ਹੋਇਆ ਜਿੱਥੇ ਖੜਾ ਕਰਨਾ ਉੱਥੇ। ਥਾਣੇ 'ਚ ਗਏ ਸੀ ਬਦਮਾਸ਼ੀ, ਤੂੰ ਕਹਿ ਰਹੇ ਕਿ ਬਦਮਾਸ਼ੀ ਵੀ ਕੀਤੀ, ਥਾਣੇ ਸਾਨੂੰ ਜਾਣ ਨਹੀਂ ਦਿੱਤਾ, ਕਹਿੰਦੇ ਸੰਜੂ ਸ਼ਰਮਾ ਜੀ ਦੇ, ਸੋਰੀ ਸੰਜੂ ਸ਼ਰਮਾ, ਤੁਸੀਂ ਕਿ ਉੱਥੇ ਕਿਉਂ ਨਾ, ਉਹ ਕਹਿ ਰਹੇ ਨੇ ਕਿ ਸੰਜੂ ਉੱਤੇ ਖੜਾ ਸੀ ਅਤੇ ਸਾਨੂੰ ਕਹਿੰਦਾ ਥਾਣੇ ਜਾ ਕੇ ਦਿਖਾਓ ਕਿਹਦੀ ਚੱਲਦੀ ਆ, ਉਹ ਦਿਖਾ ਦਾਂਗੇ। ਨਹੀਂ ਨਹੀਂ, ਮੇਰੇ ਨਾਲ ਤਾਂ ਬਾਈ ਫੇਸ ਹੀ ਨਹੀਂ ਹੋਏ ਥਾਣੇ, ਥਾਣੇ ਵੀ ਕੈਮਰੇ ਲੱਗੇ ਹੋਏ, ਤੁਸੀਂ ਰਿਕਾਰਡਿੰਗ ਕਢਾ ਸਕਦੇ ਹੋ, ਮਤਲਬ ਨਹੀਂ ਸਰ। ਅਸੀਂ ਤਾਂ ਸਿਵਲ ਹਸਪਤਾਲ ਮਿਲੇ ਇਹਨਾਂ ਨੂੰ, ਉਹ ਵੀ ਇਹਨਾਂ ਦਾ ਮੈਡੀਕਲ ਕਰਾਉਣ ਗਏ ਸੀ, ਬਸ ਮੇਰੀ ਉਹਨਾਂ ਨੇ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਇੱਟਾਂ ਰੋੜੇ ਪੱਥਰ ਜਿਹੜੇ ਬਰਸਾ ਰਹੇ ਹੋ ਕੌਣ ਨੇ, ਤੁਸੀਂ ਹੋ? ਮੈਂ ਹੀ ਸੀਗਾ ਇਹਦੇ ਨਾਲ, ਰਸਤੇ 'ਚ ਅਸੀਂ ਵਾਪਸ ਹੀ ਆ ਰਹੇ ਹਾਂ, ਉਹ ਉੱਪਰੋਂ ਦੀ ਬਰਸਾ ਰਹੇ ਨੇ। ਉਹ ਉੱਪਰੋਂ ਬਰਸਾਏ, ਤੁਸੀਂ ਬਚਾਅ ਕਰ ਰਹੇ ਹੋ? ਹਾਂ, ਬਚਾਅ ਕਰ ਰਹੇ ਬਾਈ ਜੀ। ਬਾਈ ਜੀ ਉਹਨਾਂ ਨੇ ਉੱਪਰੋਂ ਬਰਸਾਣੇ, ਪਹਿਲੇ ਉਹਨਾਂ ਨੇ ਕਿਰਪਾਨ ਮਾਰੀ, ਮੇਰੇ ਵੀ ਮੈਂ ਅਸੀਂ ਥੱਲੇ ਖੜੇ ਸੀਗੇ, ਬਾਹਰ ਨਿਕਲ ਕੇ ਜਿੱਦਾਂ ਉਹਨਾਂ ਨੇ ਹਥਿਆਰ ਕੱਢ ਕੇ ਵਿੱਕੀ ਦੇ ਮਾਰੇ, ਅਸੀਂ ਬਾਹਰ ਨਿਕਲਣ ਲੱਗੇ, ਉਹਨਾਂ ਨੇ ਅਤੇ ਉਹਨਾਂ ਦੇ ਕਿਰਾਏਦਾਰਾਂ ਨੇ ਉੱਪਰੋਂ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ। ਜਦੋਂ ਹੁਣ ਇੱਟਾਂ ਵੱਜ ਰਹੀਆਂ, ਅਸੀਂ ਐਕਟਿਵਾ ਵੀ ਚੱਕਣਾ, ਜਾਣਾ ਵੀ ਆ, ਅਸੀਂ ਆਪਣੇ ਬਚਾਅ ਲਈ ਦੋ ਪੱਥਰ ਮਾਰੇ ਉੱਪਰ, ਬਾਕੀ ਉੱਤੋਂ ਦੀ ਪੱਥਰ ਆਏ ਤੁਹਾਡੇ ਘਰ? ਪਹਿਲਾਂ ਉੱਪਰੋਂ ਪੱਥਰ ਆਏ ਆ ਜੀ, ਅਸੀਂ ਤਾਂ ਤੁਸੀਂ ਦੇਖ ਰਹੇ ਹੋ ਨਿਹੱਤੇ ਬੈਠੇ ਹਾਂ, ਅਸੀਂ ਉਹਨਾਂ ਦੇ ਘਰੇ ਫੋਨ 'ਤੇ ਗੱਲ ਕਰਦਾ ਪਿਆ। ਕਿਹੜਾ ਬੰਦਾ ਜਿਹੜਾ ਲੜਨ ਜਾਂਦਾ ਉਹ ਫੋਨ 'ਤੇ ਗੱਲ ਕਰ? ਕਿੱਥੇ ਘੁੰਮੀ ਜਾਂਦੇ ਹੋ? ਤੁਹਾਡੇ ਕੀ ਮਾਰਿਆ ਫਿਰ? ਮੇਰੇ ਸਿਰ ਦੇ ਉੱਤੇ ਕਿਰਪਾਨ ਮਾਰੀ ਆ। ਕਿੰਨੇ ਮਾਰੀ? ਉਹਨਾਂ ਨੇ ਮਾਰੀ ਆ ਘਰ ਦੇ ਵਿੱਚ? ਹਾਂਜੀ, ਘਰ ਦੇ ਵਿੱਚ। ਉਹਨਾਂ ਦੇ ਫਾਦਰ ਸਾਹਿਬ ਦੀ ਜਿਹੜੀ ਅੱਖ ਡੈਮੇਜ ਹੋਈ ਵੀ ਆ, ਤੁਸੀਂ ਦੇਖ ਸਕਦੇ ਹੋ, ਮੈਂ ਤਾਂ ਬੈਠਾ ਵਾਂ ਉਹਨਾਂ ਦੇ ਅੰਦਰ। ਮੇਰਾ ਇੱਕ ਛੋਟਾ ਸਵਾਲ ਆ, ਜਿਹੜੀ ਉਹਦੇ ਫਾਦਰ ਦੀ ਅੱਖ ਤੋਂ ਨਹੀਂ ਦਿਖਦਾ? ਉਹ ਉਹਨਾਂ ਦਾ ਆਪਣਾ ਹੀ ਕੜਾ ਕੁੜਾ, ਕੁਛ ਆਪਣਾ ਹੀ ਲੱਗਿਆ ਵਾ। ਕੜਾ ਬਾਈ ਸਿਰ 'ਤੇ ਲੱਗੂਗਾ, ਅੱਖ 'ਤੇ ਥੋੜ੍ਹੀ ਲੱਗੂ, ਮੂੰਹ 'ਤੇ ਇੱਥੇ ਥੋੜ੍ਹੀ ਲੱਗ ਜੂਗਾ।
ਤਿੰਨ ਜਗ੍ਹਾ 'ਤੇ ਕੜਾ ਕਿੱਦਾਂ ਲੱਗ ਜੂਗਾ? ਅਤੇ ਅਸੀਂ ਤਾਂ ਉਹਨਾਂ ਦੇ ਕੁਛ ਨਹੀਂ ਮਾਰਿਆ, ਉਹਨਾਂ ਦਾ ਆਪਣੀ ਉਹੀ ਕੋਈ ਚੀਜ਼ ਲੱਗੀ ਉਹਨਾਂ ਦੇ ਵਿੱਚ, ਖਿੱਚਾ ਧੋਈ ਦੇ ਵਿੱਚ ਉਹ ਆਪਣੇ ਆਪ ਨੂੰ ਮਾਂ ਪਿਓ ਉਹਨਾਂ ਦੇ ਇੱਕ ਦੂਜੇ ਨੂੰ ਖਿੱਚਦੇ ਪਏ ਸੀਗੇ ਉਹਦੇ ਵਿੱਚ ਉਹਨਾਂ ਦੇ। ਲੇਕਿਨ ਤੁਹਾਨੂੰ ਦੱਸ ਦਈਏ ਕਿ ਕਣਕ ਪਿੱਛੇ ਵਿਵਾਦ ਮਾਫ਼ ਕਰਨਾ, ਕਣਕ ਪਿੱਛੇ ਜਿਹੜਾ ਵਿਵਾਦ ਹੋ ਗਿਆ, ਕਣਕ ਜਿਹੜੀ ਆ ਕੱਟਿਆ ਜਾਵੇ ਨਾਮ ਤਾਂ ਵਿਵਾਦ ਨਹੀਂ ਕਰਨਾ ਚਾਹੀਦਾ। ਆਖਿਰ ਜਿਹੜੇ ਡੀਪੂ ਹੋਲਡਰ ਨੇ ਉਹਨਾਂ 'ਤੇ ਬਦਮਾਸ਼ੀ ਲੱਗਦੀ ਲੱਗਦੀ ਹੈ, ਕਿਉਂਕਿ ਬਦਮਾਸ਼ੀ ਇਸ ਕਰਕੇ ਲੱਗਦੀ ਹੈ ਕਿ ਕਣਕ ਵੇਚਦੇ ਵੀ ਬਾਈ ਜੀ ਇੱਧਰ ਆਓ ਮੇਰੇ ਕੋਲ ਆਓ, ਜਦੋਂ ਕਣਕ ਬਚ ਜਾਂਦੀ ਫਿਰ ਵੇਚਦੇ ਹੋ ਕਿੱਥੇ ਉੱਥੇ ਜਗ੍ਹਾ ਜੁਗਾ 'ਤੇ? ਔਨਲਾਈਨ ਸਿਸਟਮ ਹੈ, ਵੇਚ ਸਕਦੇ ਨਹੀਂ ਅਸੀਂ, ਨਾ ਸਾਡੇ ਕੋਲ ਬਚਦੀ ਹੈ। ਅੱਛਾ, ਨਾ ਸਾਡੇ ਕੋਲ ਬਚਦੀ, ਵੇਚਣੀ ਕਿੱਥੋਂ ਜਾਏਗਾ? ਇੱਕ ਕਾਰ ਹੁਣ ਇੱਕ ਪਿੱਛੇ ਦਾ ਉਹ ਲੜਦਾ ਬੰਦਾ, ਅਤੇ ਤੁਸੀਂ ਦੱਸੋ ਵੀ ਅਸੀਂ ਕਿਵੇਂ ਵੇਚ ਲਾਂਗੇ ਕਿਸੇ ਦੀ? ਬਿਲਕੁਲ, ਚਲੋ ਡਿਪੂ ਹੋਲਡਰ ਤਾਂ ਬਦਨਾਮ ਹੈਗੇ ਹੀ ਆ, ਡਿਪੂ ਹੋਲਡਰ ਇਸ ਕਰਕੇ ਬਦਨਾਮ ਨੇ ਉਹਨਾਂ, ਜਦੋਂ ਕਣਕ ਦੇਣ ਤਾਂ MLA ਸਾਹਿਬ ਨੂੰ ਹੀ ਚਾਹੀਦਾ ਕਿ ਇੱਕ ਬੰਦਾ ਆਪਣਾ ਜ਼ਰੂਰ ਖੜਾ ਕਰ ਦੇਣ, ਅਤੇ ਇੱਕ ਵੀਡੀਓਗ੍ਰਾਫਰੀ ਜ਼ਰੂਰ ਹੋਵੇ, ਕਿਉਂਕਿ ਕਣਕ ਦੇ ਡਿਪੂ ਦੇ ਉੱਤੇ ਵੀਡੀਓਗ੍ਰਾਫਰੀ ਇਸ ਕਰਕੇ ਹੋਣੀ ਲਾਜ਼ਮੀ ਹੋਣੀ ਚਾਹੀਦੀ ਹੈ, ਕਿਉਂਕਿ ਕਣਕ ਵਾਲੇ ਬੇਮਾਨੀ ਨਾ ਕਰ ਪਾਉਣ ਅਤੇ ਲੋਕਾਂ ਦੇ ਜੋ ਹੱਕ ਦੀ ਕਣਕ ਜਿਹੜੀ ਆਉਂਦੀ ਉਹਨਾਂ ਨੂੰ ਮਿਲ ਸਕੇ। ਲੇਕਿਨ ਇੱਥੇ ਲੜਾਈ ਦਾ ਜ਼ਰੀਆ ਆਹੀ ਹੋਇਆ ਕਿ ਇਹ ਕਹਿ ਰਹੇ ਕਿ ਸਾਨੂੰ ਘਰ ਦੇ ਵਿੱਚ ਬੁਲਾਇਆ ਗਿਆ, ਉਹਨਾਂ ਦਾ ਕਹਿਣਾ ਕਿ ਇਹ ਘਰ ਦੇ ਵਿੱਚ ਦਾਖਲ ਹੋਏ, ਉਸ ਤੋਂ ਬਾਅਦ ਇੱਟਾਂ ਰੋੜੇ ਪੱਥਰ ਵਰਸਾਏ ਗਏ। ਇਹਨਾਂ ਕੋਲ ਵੀ ਉਹੀ ਵੀਡੀਓ ਜਿਹੜੀ ਉਹ ਵੀਡੀਓ ਸਾਨੂੰ ਭੇਜੀ ਗਈ ਹੈ, ਉਹਨਾਂ ਵੱਲੋਂ ਦਿਖਾਈ ਗਈ ਹੈ, ਲੇਕਿਨ ਉਹ ਵੀਡੀਓ ਦੇ ਵਿੱਚ ਇਹ ਘਰ ਦੇ ਅੰਦਰ ਹੈ, ਅਤੇ ਉਹਨਾਂ ਦਾ ਕਹਿਣਾ ਕਿ ਘਰ ਦੇ ਅੰਦਰ ਆ ਕੇ ਬਦਮਾਸ਼ੀ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ। ਲੇਕਿਨ ਸੱਚ ਕੀ ਹੈ, ਇਹਦੇ ਵਿੱਚ SHO ਬਖੂਬੀ ਕਾਰਵਾਈ ਦੇ ਵਿੱਚ ਸਾਹਮਣੇ ਲੈ ਕੇ ਆਉਣਗੇ। ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਈ।